ਉਹਦੀ ਮਾਤਾ ਨੇ ਕਿਹਾ ਸੀ 2019 ਦੇ ਵਿੱਚ ਉਹਦੇ ਸਿੱਧੂ ਨੂੰ, ਕਹਿੰਦੇ ਬੇਟੇ ਤੂੰ ਰਹਿਣ ਦੇ ਗਾਉਣ ਨੂੰ, ਮੈਂ ਅੰਦਰੇ ਬੈਠਾ ਸੀਗਾ, ਕਹਿੰਦੇ ਤੂੰ ਨਾ ਬਾਹਰ ਵਗ ਜਾ ਵੀ ਆਪਾਂ ਕੀ ਕਰਨਾ ਕਲਾਕਾਰੀ ਤੋਂ, ਆਪਣੇ ਕੋਲ ਵਧੀਆ ਤੇਰਾ ਬਾਪੂ ਨੌਕਰੀ ਲੱਗਿਆ ਜ਼ਮੀਨ ਹੈਗੀ ਵੀ ਤੂੰ ਬਾਹਰ ਸੈੱਟ ਹੈ, ਕਹਿੰਦਾ ਆਪਾਂ ਨੇ ਕੀ ਕਰਨਾ, ਤੈਨੂੰ ਲੋਕ ਧਮਕੀ ਦਿੰਦੇ ਨੇ। ਮਤਲਬ ਮੈਂ ਉਦੋਂ ਦੀ ਗੱਲ ਮੈਂ ਆਪਣੇ ਉਹਦੀ ਮਾਤਾ ਨੇ ਮੇਰੇ ਸਾਹਮਣੇ ਗੱਲ ਕਹੀ ਸੀਗੀ, ਮਤਲਬ ਵੀ ਤੈਨੂੰ ਲੋਕ ਕਹਿੰਦੇ ਤੈਨੂੰ ਅਸੀਂ ਐਂ ਕਰਦਾਂਗੇ ਵੈਂ ਕਰਦਾਂਗੇ, ਕਹਿੰਦਾ ਆਪਾਂ ਨੂੰ ਕੀ ਲੋੜ ਆ। ਉਹ ਕਹਿੰਦੇ ਮੰਮੀ ਆਪਾਂ, ਕਹਿੰਦਾ ਆਪਾਂ ਗਾਣੇ ਕਰਨੇ, ਆਪਾਂ ਕਿਹੜਾ ਕਿਸੇ ਨੂੰ ਕੋਈ ਮਾੜਾ ਕਹਿ ਰਹੇ, ਮਤਲਬ ਆਪਾਂ ਵੀ ਦਬਦਾ ਨਹੀਂ ਸੀ ਉਹ, ਕਹਿੰਦਾ ਦਬਣਾ ਨਹੀਂ, ਕਹਿੰਦਾ ਆਪਾਂ ਕਹਿੰਦਾ ਵੀ ਜਿਹਨੇ ਕਰਨਾ ਜੋ ਕਰ ਲਏ। ਕਹਿੰਦਾ ਵੱਡੀ ਗੱਲ ਇਹ ਵੀ ਸੀ ਵੀ ਜਦੋਂ ਪਤਾ ਸੀ ਵੀ ਭਾਈ ਬਾਹਰ ਵੀ ਸੈੱਟ ਹੋਦਾ ਪਰ ਫਿਰ ਵੀ ਪਿੰਡ 'ਚ ਹੀ ਬੈਠਾ ਸੀ। ਵੀਰੇ ਯਾਰ ਸੋਚ ਕੇ ਦੇਖੋ ਮੇਰਾ ਭਾਈ ਯਾਰ, ਕੋਈ ਹੈਗਾ ਆ ਜਿਹਦੇ ਮਾੜਾ ਜਿਹਾ ਇੱਕ ਗਾਣਾ ਇੱਟੋ ਚੱਲ ਚੰਡੀਗੜ੍ਹ ਫਲੈਟ 'ਚ, ਹਾਂ ਉਹਨੂੰ ਤਾਂ ਚੰਡੀਗੜ੍ਹ ਦਾ ਪਤਾ ਨਹੀਂ, ਚੰਡੀਗੜ੍ਹ ਵੀ ਉਹਦਾ ਵੈਸੇ ਜੀ ਕੰਮ ਜਾਂਦਾ ਚੰਡੀਗੜ੍ਹ, ਇਹਨੂੰ ਕੰਮ ਹੁੰਦਾ ਸੀਗਾ, ਨਹੀਂ ਤਾਂ ਵੀਰੇ ਪਿੰਡ ਹੀ ਰਹਿੰਦੇ। ਤੂੰ ਸੋਚ ਕੇ ਦੇਖ ਐਵੇਂ ਕਦੇ ਮੋਟਰਸਾਈਕਲ 'ਤੇ ਘੁੰਮਣਾ, ਕਦੇ ਬੁਲਟ ਦੇ, ਸਾਈਕਲ ਦੇ, ਟਰੈਕਟਰ ਦੇ, ਉਹਦੇ ਮਨ 'ਚ ਕੋਈ ਹੈ ਨਹੀਂ ਸੀ ਤਾਂ ਖੌਫ ਮੈਨੂੰ ਕੋਈ ਮਾਰ ਦੂਗਾ, ਬੰਦੇ 'ਚ ਹੈਂਕੜੀ ਆ ਜਾਂਦੀ ਆ। ਮਤਲਬ ਵੀਰੇ ਬੰਦਾ ਦਬਿਆ ਨਹੀਂ, ਮੇਰਾ ਭਰਾ ਬਣ ਗਿਆ, ਮਰਿਆ ਵੀ ਐਨ ਪੂਰੀ ਅਣਖ ਨਾਲ ਬੰਦਾ ਹਨ, ਵੀ ਗਿਆ ਵੀ ਹੈ ਨਾ ਦਿਲ, ਮਤਲਬ ਵੀ ਐਂ ਵੀ ਮੈਂ ਮੰਨ ਗਿਆ ਬੰਦੇ ਨੂੰ, ਸਲੂਟ ਕਰਦਾ ਬੰਦੇ ਨੂੰ, ਬੰਦਾ ਦਬਿਆ ਨਹੀਂ ਪੂਰਾ, ਵੀ ਐਂ ਐਂ ਡੋਲਿਆ ਨਹੀਂ ਪੂਰਾ ਬਿੰਚ ਪੂਰਾ ਦਿਲ, ਦਬਣ ਦਬਣ ਨਾਲ ਕੰਮ ਨਹੀਂ, ਨਾ ਨਾ ਫਿਰ ਗੀਤਾਂ ਵਾਲਾ ਜਿਵੇਂ ਗੀਤ ਕਰਦਾ, ਦਬਿਆ ਨਹੀਂ ਮੇਰਾ ਭਰਾ ਬਣ ਕੇ, ਮੈਂ ਵਾਕਈ ਯਾਰ ਮੈਂ ਨਾ ਉਹਦੀ ਸਲੂਟ ਕਰਦਾ ਬਾਈ, ਉਹਦੀ ਕਲਾਕਾਰੀ ਨੂੰ ਦਬਿਆ ਨਹੀਂ ਬੰਦਾ ਪੂਰਾ ਵੀ, ਨਹੀਂ ਤਾਂ ਮਾੜਾ ਮੋਟਾ ਸਿੰਗਰ ਦਬ ਜਾਂਦਾ ਪੂਰਾ ਜੇ, ਇੰਨਾ ਮਤਲਬ ਹੈ ਨਾ ਗੱਲ ਹੈ। ਪਰ ਮਤਲਬ ਭਰਾ ਨੂੰ ਪਰਮਾਤਮਾ, ਚਲੋ ਮਾਲਕ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਪਰਮਾਤਮਾ, ਅਤੇ ਬਾਕੀ ਮਤਲਬ ਇਹੋ ਜਿਹਾ ਕਲਾਕਾਰ ਵੀਰੇ ਮੈਂ ਨਹੀਂ ਮੰਨਦਾ ਵੀ ਮੇਰੇ ਦੇਖਦੇ ਕੋਈ ਦੁਬਾਰਾ ਆ ਜੂਗਾ ਮੂਸੇਵਾਲ ਵਰਗਾ, ਨਹੀਂ ਕਿਉਂਕਿ ਮਤਲਬ ਜਿਹੜੇ ਨਹੀਂ ਸੁਣਦੇ ਸੀ ਉਹ ਵੀ ਸ਼ਾਇਦ ਡੈਥ ਤੋਂ ਬਾਅਦ ਸੁਣਨਾ ਸਾਰੇ ਨੇ ਸਟੇਸ਼ਨ, ਜਿਹੜੇ ਮੇਰੇ ਨਾਲ ਮੇਰੀ ਗੱਡੀ 'ਚ ਬੈਠਦੇ ਨੇ ਨਾ ਉਹ 100 ਵਾਰ ਸੋਚਦੇ ਨੇ ਵੀ ਇਹਨੇ ਹੋਰ ਤਾਂ ਗਾਣਾ ਕੋਈ ਲਾਉਣਾ ਨਹੀਂ, ਵੀ ਸਿੱਧੂ ਚੱਲੂ ਗਾਣਾ ਗੱਡੀ 'ਚ, ਮਤਲਬ ਹੁਣ ਉਹ ਸਿੱਧੂ ਦੀ ਗੱਲ ਸੁਣ ਕੇ ਨਾ ਉਹ ਘਰੇ ਵੀ ਮੂਸੇਵਾਲ ਦੇ ਗਾਣੇ ਸੁਣਦੇ ਨੇ ਆਪਣੇ ਐਜ ਜੇ ਬੰਦੇ ਨੇ, ਮੇਰੇ ਨਾਲ ਜਿਹੜੇ ਮੁੰਡੇ ਰਹਿੰਦੇ ਨੇ ਘਰੇ ਵੀ ਮੂਸੇਵਾਲ ਸੁਣਦੇ ਨੇ, ਉਹਨਾਂ ਨੂੰ ਪਤਾ ਹੀ ਲੱਗਿਆ ਵੀ ਮੂਸੇਵਾਲ ਕੀ ਚੀਜ਼ ਸੀਗਾ, ਪਹਿਲਾਂ ਉਹਨਾਂ ਲੋਕਾਂ ਜਿਵੇਂ ਤੈਨੂੰ ਮੈਂ ਦੱਸਦਾ ਮੂਸੇਵਾਲ ਆਇਆ ਤੂੰ ਗਾਂ, ਉਹ ਪਤਾ ਹੀ ਨਹੀਂ ਸੀ ਮੂਸੇਵਾਲ ਹੈ ਚੀਜ਼ ਕੀ, ਜਿਹੜੇ ਹੁਣ ਉਹਦੇ ਗਾਣੇ ਸੁਣਦੇ ਨੇ ਉਹਨਾਂ ਨੂੰ ਅਸਲੀ ਹੁਣ ਤਾਂ ਲੱਗਿਆ ਵੀ ਮੂਸੇਵਾਲ ਕੀ ਚੀਜ਼ ਸੀਗੀ, ਜਦੋਂ ਉਹਦੇ ਗਾਣੇ ਲੋਕਾਂ ਨੇ ਹੁਣ ਸੁਣਨ ਲੱਗੇ ਨੇ ਕਿ ਉਹ ਸਿੱਧੂ ਵਾਕਈ ਬੜਾ ਘੈਂਟ ਬੰਦਾ ਸੀਗਾ। ਇੱਕ ਹੋਰ ਗੱਲ, ਵੱਡੀ ਹੋਰ ਗੱਲ ਦਾ ਹੋਣਾ ਬਾਈ ਕਿ ਹਰ, ਚਲੋ ਮਾਪਿਆਂ ਦੀ ਅੱਖ ਤਾਂ ਨਾਮ ਹੋਣੀ ਹੋਣੀ, ਹੋਰ ਵੀ ਕਿੰਨੀਆਂ ਮਾਮਾ ਸੀ ਤਸਵੀਰਾਂ ਦੇਖੀਆਂ ਕਿ ਮਾਮਾ ਕਿੰਨੀਆਂ ਰੋਈਆਂ ਨੇ, ਕਿੰਨੇ ਬਾਪ ਜਿਹੜੇ ਹੈਗੇ ਰੋਏ ਨੇ, ਕਿੰਨੀਆਂ ਭੈਣਾਂ ਜਿਹੜੀਆਂ ਰੋਈਆਂ ਨੇ, ਹਰ ਇੱਕ ਭਰਾ ਮੰਨਦਾ ਸੀ, ਹਰ ਕੋਈ ਪੁੱਤ ਮੰਨਦਾ ਸੀ। ਜਿਹੜੇ ਗੈਂਗਸਟਰਾਂ ਨੇ ਮਾਰਨਾ ਉਹਨਾਂ ਦੀ ਮਾਂ ਰੋਈਆਂ ਨੇ ਸਿੱਧੂ ਦੇਖ ਕੇ, ਜਿਹਨਾਂ ਦੀ ਜਿਹੜੇ ਗੈਂਗਸਟਰਾਂ ਨੇ ਮਾਰਿਆ ਸਿੱਧੂ ਨੂੰ ਉਹਨਾਂ ਦੀ ਮਾਵਾਂ ਰੋਈਆਂ ਨੇ ਵੀ ਬੜਾ ਨਜਾਇਜ਼ ਮਾਰਿਆ ਗਿਆ ਦੇ ਲੋ, ਮਤਲਬ ਉਹਨੂੰ ਪਤਾ ਸੀ ਵੀ ਸਿੱਧੂ ਦਾ ਤਾਂ ਕੋਈ ਰੋਲ ਹੈ ਨਹੀਂ ਸੀ ਮਾਰਨ ਵਾਲਾ, ਮਤਲਬ ਸ਼ਾਇਦ ਜਿਹੜੇ ਜਿਹਨਾਂ ਨੇ ਮਾਰਿਆ ਉਹ ਵੀ ਮੂਸੇਵਾਲੇ ਦੇ ਗਾਣੇ ਸੁਣਦੇ ਨੇ, ਇੰਨਾ ਕੁ ਮੇਰਾ ਦਿਲ ਕਹਿੰਦਾ ਵੀ ਉਹ ਵੀ ਗਾਣੇ ਸੁਣਦੇ ਹੋਣਗੇ ਮੂਸੇਵਾਲੇ ਦੇ, ਵੀ ਸਿੱਧੂ ਹੈ ਕਿ ਚੀਜ਼ ਉਹ ਵੀ ਗਾਣੇ ਸੁਣਦੇ ਸੀਗੇ ਜਿਹਨਾਂ ਨੇ ਮਾਰਿਆ, ਪਰ ਪਤਾ ਨਹੀਂ ਹੁਣ ਕਿਹੜੀ ਗੱਲੋਂ ਮਾਰਿਆ ਗਿਆ ਮੇਰਾ ਭਰਾ ਬਣ ਕੇ, ਕਿਹੜੀ ਕੰਟਰੋਵਰਸੀ, ਹੁਣ ਕਹਿੰਦੇ ਟੂਰਨਾਮੈਂਟ 'ਤੇ ਬੁਲਾਇਆ ਸੀਗਾ ਵੀ ਜੇ ਤੁਹਾਡਾ ਟੂਰਨਾਮੈਂਟ ਵਾਲਾ ਤੁਸੀਂ ਟੂਰਨਾਮੈਂਟ ਨਹੀਂ ਬਣੋ, ਤੁਹਾਡਾ ਮੂਸੇਵਾਲ ਨਾਲ ਕੀ ਚੱਕਰ ਆ, ਮੂਸੇਵਾਲ ਤੁਹਾਡਾ ਖਾੜਾ ਲਾਉਣਾ, ਕਹਿੰਦਾ ਉਹਨੂੰ ਉੱਥੋਂ ਗੱਲ ਵਧੀ, ਕਹਿੰਦਾ ਉਹਨੇ ਕਹਿੰਦਾ ਵੀ ਉੱਥੇ ਖਾੜਾ ਨਾਲ ਲਾਈ, ਜੇ ਤੁਹਾਡੀ ਗੱਲ ਟੂ ਤੁਸੀਂ ਟੂਰਨਾਮੈਂਟ ਬੰਦ ਕਰਾਓ ਤੁਸੀਂ ਮੂਸੇਵਾਲ ਨੂੰ ਤਾਂ ਰੋਕ ਰਹੇ ਹੋ, ਕਹਿੰਦਾ ਉੱਥੋਂ ਖਾਣੀ ਸ਼ੁਰੂ ਵੀ ਟੂ ਅਸੀਂ ਰੋਕਿਆ ਸੀਗਾ, ਰੋਕਿਆ ਨਹੀਂ, ਮਤਲਬ ਉਹਨੇ ਤਾਂ ਵੀਰੇ ਆਪਣਾ ਉਹਦੀ ਰੁਜ਼ਗਾਰ ਹੈ, ਉਹਨੇ ਤਾਂ ਆਪਣਾ ਕੰਮ ਕਰਨਾ, ਉਹਨੇ ਕਿਹੜਾ ਉਹਨੇ ਗਾਉਣਾ, ਉਹਨੇ ਤਾਂ ਮਤਲਬ ਇੱਦਾਂ ਮਤਲਬ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ। ਪਰ ਟੂਰਨਾਮੈਂਟ ਤਾਂ ਤੁਸੀਂ ਵੀ ਜਾਂਦੇ, ਕਿਸੇ ਟੂਰਨਾਮੈਂਟ ਦੇ ਦੇਖਿਆ ਸੀ ਹੁਣ ਟੂਰਨਾਮੈਂਟ ਤਾਂ ਤੁਸੀਂ ਵੀ ਜਾਂਦੇ ਹੋ? ਹਾਂਜੀ ਵੀਰੇ, ਜਿਹੜਾ ਉਹਨਾਂ ਦੇ ਪਿੰਡ ਟੂਰਨਾਮੈਂਟ ਹੋਣਾ ਸੀ ਆਪਣੇ ਆਪਣੇ ਬਣਾ ਵਾਲੀ, ਕੀ ਉਹਦਾ ਨਾਂ, ਮੂਸੇ ਦੇ ਨਾਲ ਹੈਗਾ ਥੋੜ੍ਹਾ ਪਿੰਡ ਬਣਾ ਵਾਲੀ, ਹਾਂ ਹਾਂ ਹੈ ਬਣਾ, ਉੱਥੇ ਗਰਾਊਂਡ 'ਚ ਮੈਂ ਹੀ ਲੈ ਕੇ ਯਾਰ ਨਾਲ ਮੇਰਾ ਹੱਥ ਫੜਿਆ। ਅੱਛਾ, ਹਾਂਜੀ ਹਾਂਜੀ ਵੀਰੇ, ਲੱਗ ਗਏ ਸੀ ਤੇ ਉਦੋਂ ਮਤਲਬ ਮੂਸੇਵਾਲਾ ਮੇਰੀ ਘੱਟ ਸੀ ਗੱਲ, ਉਦੋਂ ਥੋੜ੍ਹਾ ਨਾ ਜਿਵੇਂ ਕਹਿ ਦੀ ਉਦੋਂ ਅੱਖਾਂ ਨਾਲ ਅੱਖਾਂ ਨਹੀਂ ਮਿਲੀਆਂ ਸੀਗੀਆਂ। ਹਾਂਜੀ, ਮਤਲਬ ਜਿਹੜੀ ਅੱਖਾਂ ਮੇ ਉਹ ਘਰੇ ਬਹਿ ਕੇ ਮਿਲੀ, ਉਹ ਬਾਉਂਸਰ ਦੇ ਤੌਰ ਤੇ ਅਸੀਂ ਗਏ ਸੀ। ਹਾਂਜੀ, ਬਾਉਂਸਰ ਦੇ ਤੌਰ ਤੇ ਨਾਲ, ਬਿਲਕੁਲ ਉਦੋਂ ਆਪਣਾ ਮਤਲਬ ਕੋਈ ਹੈ ਨਹੀਂ ਸੀ, ਮਤਲਬ ਤਾਂ ਵੀ ਸੁੱਖਾ ਬਾਉਂਸਰ ਵੀ ਕੋਈ ਪਰ ਸੀਗਾ, ਉਦੋਂ ਘੱਟ ਸੀਗਾ, ਮਤਲਬ ਤੁਸੀਂ ਕਹਿੰਦੇ ਉਦੋਂ ਬਾਬੇ ਦੀ ਮਤਲਬ ਬਾਂਹ ਫੜੀ ਸੀਗੀ, ਮਤਲਬ ਉਹਦੇ ਪੂਰੀ 'ਚ ਫੜੀ ਘੁੱਟ ਕੇ, ਉਦੋਂ ਘੁੱਟ ਕੇ ਉਦੋਂ ਹੁਣ ਉਂਗਲ ਹੋਣੀ ਸੀ, ਕਹਿੰਦਾ ਵੀ ਤੂੰ ਹੌਲੀ ਹੌਲੀ, ਕਹਿੰਦਾ ਕਿਤੇ ਵਿਗੜ ਨਾ ਜਾਵੇ, ਕਿਤੇ ਖਰਾਬੀ ਨਾ ਕਰੇ, ਪਰ ਬਾਬਾ ਜੀ ਨੇ ਫਿਰ ਹੱਥੇ ਫੜ ਲਿਆ, ਮਤਲਬ ਆਹ ਗੱਲ ਹੈ ਜੀ।